सब तो पहला तो मैं थोड़ा मीडिया का बहुत बहुत धन्यवाद करना और वेलकम करना कि तुम साढ़े सद्दे ते साडे कोले पहुंचे हो, मोस्ट वेलकम। अज की जिहड़ी साडी प्रेस कॉन्फ्रेंस करन दा मेन मकसद, जिवें कि तुहानू पता ही है, पंजाब सरकार ने कुछ दिन पहला लॉ ऑफिसर नियुक्त किए हैं एजी ऑफिस पंजाब सरकार दे विच, और उहदे विच एस सी कैटागरी नूं जिहड़ा हैगा वह 85 दे करीब, सॉरी 55 दे करीब जिहड़े लॉ ऑफिस ऑफिसर नियुक्त किए, असीं उहदा स्वागत करते हैं, वेलकम करते हैं। लेकिन पंजाब दे विच जिहड़ी बैकवर्ड क्लासेस कम्यूनिटी है वह एक लार्ज स्केल कम्यूनिटी है, और 40% दे करीब पूरे पंजाब दे विच बैकवर्ड क्लासेस कम्यूनिटी नूं लैके वोट बैंक है। और जदों मंडल कमीशन की रिपोर्ट बनी सीगी तो उस वेले 27% कोटा जिहड़ा मंडल कमीशन की रिपोर्ट दे विच जिहड़ा उन्होंने सिफारिश की सीगी 27% कोटा लागू करन दा। लेकिन साडी बदकिस्मती यह है कि पंजाब दे विच पहला 5% कोटा सीगा पिछली सरकार दे टाइम ते, नौकरियां दे विच जिहड़ा 12% कोटा और 5% जिहड़ा साडियां एडमिशनज वख-वख कॉलेजेस नूं लैके जां वख-वख यूनिवर्सिटीज़ नूं लैके सीगियां ਉਹ ਸਾਡੇ BC ਭਾਈਚਾਰੇ ਵੱਲੋਂ ਬੈਕਵਰਡ ਕਲਾਸਿਸ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਬਣੀਆਂ ਹੋਈਆਂ ਸਰਕਾਰ ਦੇ ਵਿੱਚ, ਸਾਡੇ ਕੁਝ MLA ਸੀਗੇ ਪਿਛਲੀ ਸਰਕਾਰ, ਤਾਂ ਉਹਨਾਂ ਵੱਲੋਂ ਜਿਹੜਾ 10% ਕੋਟਾ ਜਿਹੜਾ ਨੌਕਰੀਆਂ ਦੇ ਵਿੱਚ ਰੱਖਿਆ ਗਿਆ ਸੀਗਾ। ਤਾਂ ਹੁਣ ਸਰਕਾਰ ਨੇ ਜਿਹੜੇ ਲਾਅ ਅਫਸਰ ਨਿਯੁਕਤ ਕੀਤੇ ਹੈ, ਸਾਡਾ ਬਣਦਾ ਹੱਕ ਜਿਹੜਾ ਬੈਕਵਰਡ ਕਲਾਸ ਕਮਿਸ਼ਨ ਦਾ 27% ਕੋਟੇ ਦੇ ਅਕੋਰਡਿੰਗਲੀ, ਮੰਡਲ ਕਮਿਸ਼ਨ ਦੀ ਰਿਪੋਰਟ ਦੇ ਅਕੋਰਡਿੰਗਲੀ ਸਾਨੂੰ ਜਿਹੜਾ ਉਹਦੇ ਵਿੱਚ ਹੱਕ ਸਾਨੂੰ ਮਿਲਣਾ ਚਾਹੀਦਾ। 229 ਦੇ ਕਰੀਬ ਇਹਨਾਂ ਨੇ ਲਾਅ ਅਫਸਰ ਨਿਯੁਕਤ ਕੀਤੇ ਹੈ, ਔਰ ਅਸੀਂ ਇਹੀ ਡਿਮਾਂਡ ਕਰਦੇ ਹਾਂ ਪੰਜਾਬ ਸਰਕਾਰ ਤੋਂ, ਐਡਵੋਕੇਟ ਜਨਰਲ ਸਾਹਿਬ ਤੋਂ, ਕਿ AG ਆਫਿਸ ਦੇ ਵਿੱਚ ਵੀ ਸਾਡਾ ਬਣਦਾ ਮਾਣ ਸਤਿਕਾਰ ਜਿਹੜਾ ਸਾਡੀ ਬੈਕਵਰਡ ਕਲਾਸਿਸ ਕਮੇਟੀਆਂ ਜਿਹੜੀਆਂ ਨੇ ਕਮਿਊਨਿਟੀ ਹੈ ਉਹਨਾਂ ਨੂੰ ਦਿੱਤਾ ਜਾਵੇ। ਔਰ 27% ਕੋਟੇ ਦੇ ਹਿਸਾਬ 'ਤੇ 58-57 ਦੇ ਕਰੀਬ ਸਾਡੇ ਜਿਹੜੇ ਲਾਅ ਅਫਸਰ ਨੇ, ਭਾਵੇਂ ਉਹ AA DAG ਔਰ ਜਿਹੜੇ ਵੱਖ-ਵੱਖ ਅਹੁਦਿਆਂ 'ਤੇ ਜਿਹੜੇ ਉਹ ਨਿਯੁਕਤ ਕੀਤੇ ਜਾਣ, ਇਹਨੂੰ ਲੈ ਕੇ ਅਸੀਂ ਪਹਿਲਾਂ ਵੀ ਮੀਡੀਆ ਦੇ ਰੂਬਰੂ ਹੋਏ ਸੀਗੇ। ਔਰ ਇੱਕ ਲੈਟਰ ਮੈਂ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਵੀ ਦਿੱਤੀ ਆਪਣੇ ਵੱਲੋਂ, ਔਰ ਹੁਣ ਅਸੀਂ ਅੱਗੇ ਹਰਪਾਲ ਚੀਮਾ ਜੀ ਨੂੰ ਔਰ ਜਿਹੜੇ ਸਪੀਕਰ ਸਾਹਿਬ ਨੇ ਵਿਧਾਨ ਸਭਾ ਦੇ ਕੁਲਤਾਰ ਸਿੰਘ ਸੰਧਵਾਂ ਜੀ ਔਰ ਵੱਖ-ਵੱਖ ਜਿਹੜੇ ਸਾਡੇ ਸਰਕਾਰ ਦੇ ਵਿੱਚ ਬੈਠੇ ਮੰਤਰੀ ਸਾਹਿਬਾਨ ਨੇ ਜਾਂ ਕੋਈ ਆਫਿਸਰ ਸਾਹਿਬਾਨ ਨੇ, ਉਹਨਾਂ ਤੱਕ ਅਸੀਂ ਤੁਹਾਡੇ ਮਾਧਿਅਮ ਰਾਹੀਂ ਅਪਰੋਚ ਕਰ ਰਹੇ ਹਾਂ ਕਿ ਜਿਹੜਾ ਸਾਡਾ ਬੈਕਵਰਡ ਕਲਾਸਿਸ ਕਮਿਊਨਿਟੀ ਨਾਲ ਜਿਹੜਾ ਧੱਕਾ ਹੋ ਰਿਹਾ, ਇਹ ਧੱਕਾ ਬੰਦ ਕਰੋ, ਔਰ ਜਿਹੜਾ ਸਾਡਾ ਬਣਦਾ ਹੱਕ ਹੈ 27% ਜਿਹੜਾ ਉਹ ਸਾਨੂੰ ਜ਼ਰੂਰ AG ਆਫਿਸ ਦੇ ਵਿੱਚ ਵੀ ਦਿੱਤਾ ਜਾਵੇ। ਜੇ ਪੰਜਾਬ ਸਰਕਾਰ ਕੋਲੋਂ ਨਹੀਂ ਕੋਈ ਇੱਦਾਂ ਦੀ ਕਰਦੀ ਜੀ, ਸਰ ਸਾਡਾ ਇਹੀ ਹੈ ਵੀ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਆਪਣੇ ਮੈਮੋਰੰਡਮ ਦੇ ਰੂਪ ਦੇ ਵਿੱਚ, ਵਫਦ ਦੇ ਰੂਪ ਦੇ ਵਿੱਚ ਮਿਲਾਂਗੇ, ਔਰ ਆਪਣੇ ਵੱਲੋਂ ਜਲੰਧਰ ਤੋਂ ਵੀ ਸਾਡੇ ਮੇਰੇ ਨਾਲ ਬੈਕਵਰਡ ਕਮਿਸ਼ਨ ਦੇ ਮੈਂਬਰ ਲੱਖਾ ਸਿੰਘ ਜੀ ਉਹਨਾਂ ਵੱਲੋਂ ਵੀ ਇੱਕ ਵਫਦ ਆ ਕੇ ਮਿਲਿਆ, ਉਹਨਾਂ ਨੇ ਵੀ ਲਿਖਤੀ ਰੂਪ ਦੇ ਵਿੱਚ CM ਸਾਹਿਬ ਨੂੰ ਇਹ ਆਪਣੀ ਮੰਗ ਰੱਖੀ ਹੈ। ਅਸੀਂ ਕੁਛ ਦਿਨ ਇੰਤਜ਼ਾਰ ਕਰਾਂਗੇ, ਅਗਰ ਸਾਨੂੰ ਸੰਘਰਸ਼ ਦਾ ਰਾਹ ਵੀ ਅਖਤਿਆਰ ਕਰਨਾ ਪਿਆ ਤਾਂ ਅਸੀਂ ਆਪਣਾ ਹੱਕ ਲੈਣ ਲਈ ਜਿਹੜਾ ਉਹ ਸੰਘਰਸ਼ ਵੀ ਜ਼ਰੂਰ ਕਰਾਂਗੇ। ਤੁਸੀਂ ਨਹੀਂ ਸਮਝਦੇ ਕਿ ਪੰਜਾਬ ਸਰਕਾਰ ਜਿੰਨੀਆਂ ਵੀ ਨਿਯੁਕਤੀਆਂ ਕਰ ਰਹੀ ਹੈ, ਕਦੇ ਉਹ ਬਾਹਰਲੇ ਕੈਂਡੀਡੇਟ ਲੈਂਦੀ ਹੈ ਜਾਂ ਕਦੇ ਇਸ ਤਰ੍ਹਾਂ ਦੀ ਕੁਤਾਹੀ ਵਰਤਦੀ ਹੈ, ਵੀ ਕਿਤੇ ਨਾ ਕਿਤੇ ਓਪਰੇਟਿਵ ਸਿਸਟਮ ਇਹਦਾ ਕੋਈ ਹੋਰ ਹੈ? ਸਰ ਤੁਹਾਡੇ ਮਾਧਿਅਮ ਰਾਹੀਂ ਸਾਨੂੰ ਪਤਾ ਲੱਗ ਰਿਹਾ, ਕਿਉਂਕਿ ਇਹ ਗੱਲ ਕਿਸੇ ਕੋਲ ਲੁਕੀ ਨਹੀਂ, ਇਹਨਾਂ ਨੇ ਪਹਿਲਾਂ ਰਾਜ ਸਭਾ ਦੇ ਮੈਂਬਰ ਜਿਹੜੇ ਨਿਯੁਕਤ ਕੀਤੇ ਉਹਨਾਂ 'ਤੇ ਵੀ ਕਿੰਤੂ ਪਰੰਤੂ ਹੋਇਆ, ਉਸ ਤੋਂ ਬਾਅਦ ਰਾਘਵ ਚੱਡਾ ਜੀ ਨੂੰ ਇਹਨਾਂ ਨੇ ਪੰਜਾਬ ਸਰਕਾਰ ਦੇ ਵਿੱਚ ਐਜ਼ ਏ ਐਡਵਾਈਜ਼ਰ ਚੇਅਰਮੈਨ, ਇੱਕ ਨਵੀਂ ਸੀਟ ਕ੍ਰੀਏਟ ਕਰਕੇ ਚੇਅਰਮੈਨ ਐਡਵਾਈਜ਼ਰ ਕਮੇਟੀ ਲਾਇਆ। ਇਹਨਾਂ ਚੀਜ਼ਾਂ ਦੇ ਨਾਲ ਪੰਜਾਬ ਦਾ ਤਾਂ ਨੁਕਸਾਨ ਹੈ, ਕਿਉਂਕਿ 92 MLA ਪੰਜਾਬ ਦੇ ਲੋਕਾਂ ਨੇ ਬੜੇ ਵੱਡੇ ਲਾਰਜ ਸਕੇਲ ਦੇ ਵਿੱਚ ਇਸ ਪਾਰਟੀ ਨੂੰ ਜਿਤਾ ਕੇ ਇਹਦੇ 'ਤੇ ਵਿਸ਼ਵਾਸ ਦਿਖਾ ਕੇ ਪੰਜਾਬ ਦੀ ਸਰਕਾਰ ਦੇ ਵਿੱਚ ਇਹਨਾਂ ਨੂੰ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਇਆ। ਔਰ ਸਾਡੀ ਤਾਂ ਇਹੀ ਡਿਮਾਂਡ ਹੈ ਕਿ ਜਿਹੜੀਆਂ ਇਹ ਬਾਹਰਲੀਆਂ ਜਾਂ ਕੋਈ ਬਾਹਰ ਬਹਿ ਕੇ ਰਿਮੋਟ ਲਈ ਸਰਕਾਰ ਨੂੰ ਚਲਾਉਣ ਦੀ ਕੋਸ਼ਿਸ਼ ਕਰਦਾ ਜਾਂ ਕਰ ਰਿਹਾ ਉਹ ਬੰਦ ਹੋਣੀ ਚਾਹੀਦੀ ਹੈ। ਔਰ ਜਿਹੜੇ 92 MLA ਔਰ ਉਹਨਾਂ ਦਾ ਜਿਹੜਾ ਮੰਤਰੀ ਮੰਡਲ ਹੈ, ਉਹਨਾਂ ਦਾ CM ਸਾਹਿਬ ਨੇ ਖੁਦ ਇਹਨਾਂ ਨੂੰ ਆਪਣੇ ਹੱਥ ਦੇ ਵਿੱਚ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਜਿਵੇਂ ਗਏ ਆ, ਇਹਨਾਂ ਨੇ ਪੰਜਾਬ ਦੇ ਅਹਿਮ ਮੁੱਦੇ ਲੋਕਾਂ ਦੇ ਕੋਲ ਉਠਾਏ ਹੈ, ਹਰੇਕ ਗਰੰਟੀ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਆ, ਪਰ ਕਿਤੇ ਨਾ ਕਿਤੇ ਉਸ ਚੀਜ਼ ਤੋਂ ਅੱਜ ਸਰਕਾਰ ਜਿਹੜੀ ਹੈ ਉਹ ਦੂਸਰੀਆਂ ਪਾਰਟੀਆਂ 'ਤੇ ਇਲਜ਼ਾਮ ਲਾਉਂਦੇ ਸੀ ਕਿ ਕਾਂਗਰਸ ਆਹ ਕਰ ਰਹੀ ਹੈ, ਅਕਾਲੀ ਦਲ ਆਹ ਕਰ ਰਿਹਾ। ਲੇਕਿਨ ਮੈਨੂੰ ਲੱਗਦਾ ਵੀ ਜਿਹੜਾ ਅੱਜ ਹਾਲਾਤ ਪੰਜਾਬ ਦੇ ਬਣੇ ਹੋਏ ਹੈ, ਇਹ ਵੀ ਆਪਣੀਆਂ ਗਰੰਟੀਆਂ ਤੋਂ ਕਿਤੇ ਨਾ ਕਿਤੇ ਮੁਨਕਰ ਹੋ ਰਹੀ ਹੈ ਸਰਕਾਰ। ਜਿਵੇਂ ਕਿ ਮੰਡਲ ਕਮਿਸ਼ਨ ਨੇ ਜਿਹੜੀ ਰਿਪੋਰਟ ਜਾਰੀ ਕੀਤੀ ਸੀ ਜੀ,
कि पंजाब नूं छड्ड के बाकी सूबे जिहड़े ने उह मंडल कमिशन दी रिपोर्ट नूं लागू कर रहे ने कि नहीं कर रहे। सर देखो यूपी दे विच जिहड़ा यूपी च 27% कोटा उन्होंने दिता है जी जी, और उस तो बाद मध्य प्रदेश दे विच भी उन्होंने 27 नहीं तो 20% तो कोई ना कोई सरकार दे रही है, और पंजाब सरकार पहली सरकार हरियाणे दे विच तुसीं देख लो जी 20% है, और पंजाब दे विच पहला 5% सीगा, ये तो पिछली सरकार के टाइम पर 12% नौकरियों के और 10% जी एडमिशन होया, लेकिन सानू उम्मीद सी कि जिहड़े लॉ ऑफिसर नियुक्त किए जा रहे हैं जे एस सी भाईचारे इन्होंने मान सत्कार दिता बड़ी वधिया गल है, उन्होंने बनता राइट उन्होंने दिता इन्होंने, पर बी सी भाईचारे जे इन्होंने 27% नहीं देना सी तो जो 12% पिछली सरकार से लागू सी कमीशन की रिपोर्ट के अनुसार जो 27% का कोटा है जी वो बी सी क्लासेस में दिता गया। हाँ जी हाँ, हुण इहदे बी सी क्लासेस दे विच किहड़ियां किहड़ियां हो सकदियां जिहड़ियां क्लासेस आउंदियां ने, किहड़े किहड़े जातां बरादरियां किहड़ियां किहड़ियां आउंदियां? सर वो कंबोज कम्यूनिटी आँदी है, सैनी भाईचारा आँदा, लुबाणा आँदा, रामगढ़िए आँदे है जी, उहदे विच अपने छिंबे आँदे है जी, टोटल पंजाब दे विच मेरे ख्याल मे बी 72 कम्यूनिटी ने जिहड़ियां बैकवर्ड क्लासेस दे विच आउंदियां ने जी। ते तुसीं जे तुहाडे कहणे सब 40% जिहड़ी आ साडी पापूलेशन जिहड़ी आ उह बी सी क्लासेस दी है, वोट बैंक है जी 40 वोट बैंक दा 40% दे बिल्कुल जी, की अपनी नौकरियां तों सवाए जिवें साडी जिहड़ियां बाकी ਵਿਧਾਨਸਭਾ ਪਾਰਲੀਮੈਂਟ ਹੈ ਜਾਂ ਸਾਡੀ ਜਿਹੜੀ ਆਮ ਥੱਲੇ ਜਿਹੜੀ ਆ ਸਾਡਾ ਸਿਸਟਮ ਜਿਵੇਂ ਕਿ ਕਮੇਟੀਆਂ ਨੇ ਪੰਚਾਇਤਾਂ ਨੇ, ਕੀ ਉਹਦੇ 'ਚ ਇਹ ਜਿਹੜੀ ਰਿਪੋਰਟ ਹੈ ਕਿਤੇ ਸਰਕਾਰ ਨੇ ਲਾਗੂ ਕੀਤੀ ਕਿ 'ਚ ਰਿਜ਼ਰਵੇਸ਼ਨ ਦੀ ਗੱਲ ਆਈ ਸੀ ਕਿ ਜਿਵੇਂ ਕਿ ਦੂਜੀਆਂ ਬੀ ਸੀ ਆਪਣੇ ਐਸ ਸੀ ਨੂੰ ਜਦੋਂ ਵੀ ਆਪਾਂ ਕੋਈ ਇਲੈਕਸ਼ਨ ਦੀ ਗੱਲ ਆਉਂਦੀ ਹੈ ਅਤੇ ਬੀ ਸੀ ਕਲਾਸਿਸ ਨੂੰ ਉਹਦੀ ਬਣਦੀ ਜਿਹੜੀ 25% ਦੀ ਹੈ ਉਹਦੇ ਅਕੋਰਡਿੰਗ ਉਹਨਾਂ ਨੂੰ ਜਿਹੜੀ ਸੀਟ ਦਿੱਤੀ ਜਾਂਦੀ ਹੈ, ਕੋਈ ਬੀ ਸੀ ਦਾ ਵੀ ਇਹੋ ਜਿਹਾ ਹੈ ਜਿਹੜਾ ਸਰਕਾਰ ਨੇ ਜਾਂ ਕਿਸੇ ਰਾਜਸੀ ਪਾਰਟੀ ਨੇ ਇਹਨੂੰ ਲਾਗੂ ਕੀਤਾ? ਬੀ ਸੀ ਦੇ ਵਿੱਚ ਸਰ ਇਹਨਾਂ ਨੇ ਪੰਚਾਇਤ ਲੈਵਲ 'ਤੇ ਸਰਪੰਚ ਮੈਂਬਰ, ਉਸ ਤੋਂ ਬਾਅਦ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ, ਇਸ ਲੈਵਲ 'ਤੇ ਤਾਂ ਬੈਕਵਰਡ ਕਲਾਸਿਸ ਨੂੰ ਐਡਜਸਟ ਕਰਦੇ ਆ, ਕਈ ਪੰਚਾਇਤਾਂ ਇਹਨਾਂ ਨੇ 18% ਦੇ ਕਰੀਬ ਪੰਜਾਬ ਦੇ ਵਿੱਚ ਕਿ 19% ਇਹਨਾਂ ਨੇ ਪੰਚਾਇਤਾਂ ਜਿਹੜੀਆਂ ਨੇ ਉਹਦੇ 'ਚ ਮੈਂਬਰ ਜਾਂ ਇੱਕ ਮੈਂਬਰ ਆਪਣੇ ਪਿੰਡ ਦੀ ਜਨਰੇਸ਼ਨ ਦੇ ਅਕੋਰਡਿੰਗ, ਵੋਟ ਬੈਂਕ ਦੇ ਅਕੋਰਡਿੰਗ 1-2 ਮੈਂਬਰ ਇਹਨਾਂ ਨੇ ਬੀ ਸੀ ਕੀਤੇ ਹੋਏ ਆ, ਪਰ ਉਹ ਹੈਗੀ ਆ ਪੰਚਾਇਤ ਲੈਵਲ 'ਤੇ, ਬਲਾਕ ਸੰਮਤੀ ਲੈਵਲ 'ਤੇ, ਐਮ ਸੀ ਲੈਵਲ 'ਤੇ, ਔਰ ਜ਼ਿਲ੍ਹਾ ਪ੍ਰੀਸ਼ਦ ਲੈਵਲ 'ਤੇ ਹੈ ਜੀ। ਇਸ ਲੈਵਲ 'ਤੇ ਤਾਂ ਜਿਹੜੀ ਇਹ ਰਿਜ਼ਰਵੇਸ਼ਨ ਸਾਨੂੰ ਮਿਲ ਰਹੀ ਆ ਬੀ ਸੀ ਨੂੰ, ਸਰਪੰਚਾਂ ਦੇ ਵਿੱਚ ਵੀ ਰਿਜ਼ਰਵੇਸ਼ਨ ਮਿਲ ਰਹੀ ਹੈ, ਮੈਂਬਰ ਸਰਪੰਚ ਨਹੀਂ ਮੈਂਬਰ ਪੰਚਾਇਤ, ਔਰ ਐਮ ਸੀ ਦੇ ਵਿੱਚ ਵੀ ਬੀ ਸੀ ਕੈਟਾਗਰੀ ਦੇ ਐਮ ਸੀ 12% ਦੇ ਅਕੋਰਡਿੰਗ ਇਹਨਾਂ ਨੇ ਪਿਛਲੀ ਸਰਕਾਰ ਨੇ ਜਿਹੜਾ ਉਹ ਸਾਨੂੰ ਦਿੱਤਾ ਸੀ। ਕਿ ਇਹ ਸਰਕਾਰ ਨੂੰ ਜਦੋਂ ਤੁਸੀਂ ਰੀਪ੍ਰਿੰਟ ਕੀਤਾ ਕਿ ਜਿਹੜੀਆਂ ਸਾਡੀਆਂ ਏ ਜੀ ਦੀਆਂ ਜਿਹੜੀਆਂ ਪੋਸਟਾਂ ਸੀਗੀਆਂ ਉਹ 'ਚ ਉਹਨਾਂ ਨੂੰ 25% ਦੇ ਦਿੱਤਾ ਕੋਟਾ, ਬੀ ਸੀ ਨੂੰ ਕੋਈ ਨਹੀਂ ਦਿੱਤਾ ਗਿਆ? ਨਹੀਂ, ਕੋਈ ਕੋਟਾ ਨਹੀਂ ਦਿੱਤਾ ਜੀ। ਉਹਦੇ ਲਈ ਤੁਸੀਂ ਕੀ ਯਤਨ ਕੀਤਾ ਉਸ ਤੋਂ ਬਾਅਦ ਸੀ ਐਮ ਨੂੰ? ਹਾਂਜੀ, ਅਸੀਂ ਮੁੱਖ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਜਿਹੜਾ ਲੈਟਰ ਜਿਹੜਾ ਮੈਂ ਆਪਣੇ ਐਡ ਮੈਂ ਬੈਕਵਰਡ ਕਲਾਸ ਕਮਿਸ਼ਨ ਦਾ ਮੈਂਬਰ ਵੀ ਹਾਂ ਜੀ ਪੰਜਾਬ ਸਰਕਾਰ ਦੇ ਵਿੱਚ, ਮੈਂ ਆਪਣੀ ਲੈਟਰ ਪੈਡ 'ਤੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਲੈਟਰ ਵੀ ਦੇ ਦਿੱਤਾ ਜੀ, ਉਹਨਾਂ ਨੂੰ ਭੇਜਿਆ, ਬਾਏ ਪੋਸਟ ਭੇਜਿਆ, ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੀਆਂ ਜਿਹੜੀਆਂ ਬੈਕਵਰਡ ਕਲਾਸ ਜਥੇਬੰਦੀਆਂ ਨੇ ਜਿਵੇਂ ਰਾਮਗੜੀਆ ਐਸੋਸੀਏਸ਼ਨ ਬਣੀ ਹੋਈ ਹੈ, ਕੰਬੋਜ, ਮੈਂ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦਾ ਪੰਜਾਬ ਪ੍ਰਧਾਨ ਵੀ ਹਾਂ ਜੀ, ਔਰ ਮੇਰੇ ਸਾਡੀ ਸਭਾ ਵੱਲੋਂ ਵੀ, ਔਰ ਜਿਹੜੇ ਸਾਡੇ ਹੈਗੇ ਸੈਣੀ ਸਮਾਜ ਦੇ ਨਾਲ ਮੇਰੇ ਨਾਲ ਸੰਬੰਧਿਤ ਬੈਠੇ ਆ, ਮੇਰੇ ਵੀਰ ਬਲਜੀਤ ਹੋਰੀ ਬੈਠੇ ਆ, ਔਰ ਇਹਨਾਂ ਵੱਲੋਂ ਵੀ ਆਪਣੇ ਸੈਣੀ ਭਾਈਚਾਰੇ ਵੱਲੋਂ ਵੀ, ਆਪਣੇ ਪ੍ਰਧਾਨ ਵੱਲੋਂ, ਇਹਨਾਂ ਵੱਲੋਂ ਵੀ, ਆਪਣੇ ਸਭਾ ਵੱਲੋਂ, ਵੱਖ ਵੱਖ ਅਦਾਰਿਆਂ ਵੱਲੋਂ ਮਾਣਯੋਗ ਮੁੱਖ ਮੰਤਰੀ ਜੀ ਨੂੰ ਆਪਣੇ ਮੈਮੋਰੈਂਡਮ ਦੇ ਰੂਪ ਦੇ ਵਿੱਚ ਜਾਂ ਇੱਕ ਆਪਣੀ ਅਪੀਲ ਦੇ ਰੂਪ ਦੇ ਵਿੱਚ ਅਸੀਂ ਐਪਲੀਕੇਸ਼ਨ ਦੇ ਰਹੇ ਹਾਂ, ਹੁਣ ਦੇਖਣਾ ਇਹ ਆ ਵੀ ਉਹ ਸਾਡੇ ਇਸ ਮਸਲੇ ਨੂੰ ਕਿੰਨਾ ਕੁ ਗੌਰ ਨਾਲ ਦੇਖਦੇ ਆ, ਇਹਦੇ ਤੋਂ ਬਾਅਦ ਹੀ ਫਿਰ ਅਸੀਂ ਸਾਰੇ ਇਕੱਠੇ ਹੋ ਕੇ ਜਥੇਬੰਦੀ ਹੈ ਇਹ ਵੱਖ ਵੱਖ ਬਰਾਦਰੀਆਂ ਨੇ ਨਿੱਜੀ ਤੌਰ 'ਤੇ ਜਿਹੜੀ ਬਣਾਈ ਹੋਈ ਹੈ ਕਿ ਜਾਂ ਤੁਹਾਡੀ ਇੱਕ ਬੀ ਸੀ ਦੇ ਲੈਵਲ ਦੇ ਉੱਤੇ ਸਾਰਿਆਂ ਨੂੰ ਇਕੱਠਿਆਂ ਕਰਕੇ ਕੋਈ ਫੈਡਰੇਸ਼ਨ ਬਣੀ ਹੋਈ ਹੈ? ਬਣੀ ਹੋਈ ਹੈ ਜੀ, ਸਾਡੀ ਬੈਕਵਰਡ ਕਲਾਸਿਸ ਵੈਲਫੇਅਰ ਐਸੋਸੀਏਸ਼ਨ ਹੈ ਜੀ ਸਾਡੀ ਪੂਰੇ ਪੰਜਾਬ ਦੀ। ਕਿਹੜੀ? ਬੈਕਵਰਡ ਕਲਾਸਿਸ ਵੈਲਫੇਅਰ ਐਸੋਸੀਏਸ਼ਨ। ਹਾਂਜੀ, ਔਰ ਉਹਦੇ ਸਾਡੇ ਆਲ ਇੰਡੀਆ ਬੀ ਸੀ ਕਲਾਸਿਸ ਵੈਲਫੇਅਰ ਹੈ, ਉਹ ਵੀ ਤੁਹਾਡੇ ਨਾਲ ਅਟੈਚ ਹੈ? ਹਾਂਜੀ ਹਾਂਜੀ, ਉਹਨਾਂ ਦੇ ਸਾਡੇ ਪ੍ਰਜਾਪਤੀ ਜੀ ਹੈਗੇ ਹੈ ਜੀ, ਬੀ ਸੀ ਕਮਿਸ਼ਨ ਆਫ ਇੰਡੀਆ ਦੇ ਵਾਈਸ ਚੇਅਰਮੈਨ ਨੇ, ਉਹਨਾਂ ਨਾਲ ਅਸੀਂ ਇਨ ਟੱਚ ਹਾਂ ਜੀ। ਬਾਕੀ ਅਸੀਂ ਪੰਜਾਬ ਲੈਵਲ 'ਤੇ ਵੱਖ ਵੱਖ ਸਾਰੀਆਂ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ 'ਤੇ ਲਿਆਵਾਂਗੇ, ਔਰ ਇਸ ਸੰਘਰਸ਼ ਨੂੰ ਜੇ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਤਾਂ ਇਸ ਸੰਘਰਸ਼ ਨੂੰ ਅਸੀਂ ਜ਼ਰੂਰ ਤਿੱਖਾ ਕਰਾਂਗੇ।